ਸਤਿ ਸ਼੍ਰੀ ਅਕਾਲ ਫਰੀਡਮ ਫਾਊਂਡੇਸ਼ਨ ਰਿਹੈਬਲੀਟੇਸ਼ਨ ਸੈਂਟਰ ਪਰਵਾਨੂ ਹਿਮਾਚਲ ਪ੍ਰਦੇਸ਼ ਜੋ ਅੱਜ ਦਾ ਟੋਪਿਕ ਸੀ ਉਹ ਫੈਮਿਲੀ ਰਿਲੇਟਡ ਕੁਐਸਚਨ ਅਨਸਰ ਸੀ ਕਿ ਆਪਾਂ ਮਤਲਬ ਫੈਮਿਲੀ ਰਿਗਾਰਡਿੰਗ ਕੀ ਸੋਚਦੇ ਨੇ ਆਪਾਂ ਜਿਵੇਂ ਕੁਐਸਚਨਸ ਵਗੈਰਾ ਪੁੱਛੇ ਗਏ ਸਭ ਨੇ ਆਪਣੇ ਆਪਣੀ ਲੈਂਗੁਏਜ ਦੇ ਅਕੋਰਡਿੰਗ ਆਨਸਰ ਦਿੱਤੇ ਜੇ ਕਿਸੇ ਨੇ ਇੰਗਲਿਸ਼ 'ਚ ਦਿੱਤੇ ਕਿਸੇ ਨੇ ਹਿੰਦੀ ਔਰ ਪੰਜਾਬੀ ਲੈਂਗੁਏਜ ਯੂਜ਼ ਕੀਤੀ ਇਹਦੇ ਵਿੱਚ ਆਪਾਂ ਨੇ ਫਰੀ ਐਸੋਸੀਏਸ਼ਨ ਟੈਕਨੀਕ ਯੂਜ਼ ਕੀਤੀ ਕਿ ਫਰੀਲੀ ਆਨਸਰਸ ਦੇਣੇ ਆ ਰਿਸਪੋਂਸ ਦੇਣੇ ਆ ਕਿ ਕੋਈ ਵੀ ਲੈਂਗੁਏਜ ਕੋਈ ਵੀ ਆਪਣਾ ਮਤਲਬ ਜਗ੍ਹਾ ਅਬਿਊਜ਼ਿਵ ਲੈਂਗੁਏਜ ਵੀ ਯੂਜ਼ ਕਰਦੇ ਹਾਂ ਕੰਫਰਟੇਬਲ ਹੁੰਦੇ ਆ ਉਹਨਾਂ ਵਿੱਚ ਤਾਂ ਆਪਾਂ ਉਹ ਲੈਂਗੁਏਜ ਵੀ ਦੇਖਦੇ ਕਿ ਉਹ ਕਿਵੇਂ ਰਿਸਪੋਂਸ ਕਰਦੇ ਉਹਨਾਂ ਦੇ ਥੋਟਸ ਕਿਵੇਂ ਆ ਨੈਗੇਟਿਵ ਪੋਜ਼ਟਿਵ ਕਿਵੇਂ ਦੇ ਉਹ ਰਿਸਪੋਂਸ ਕਰਦੇ ਕਿਵੇਂ ਰਿਐਕਟ ਕਰਦੇ ਆ ਆਪਣੇ ਕੁਐਸਚਨ ਸੈਕਟਰ ਜਿਵੇਂ ਕਿ ਕੁਐਸਚਨ ਸਨ ਆਪਕਾ ਪਰਿਵਾਰ ਆਪਕੇ ਬਾਰੇ ਮੇਂ ਕਿਆ ਸੋਚਦੇ ਹੈ ਔਰ ਆਪ ਆਪਣੇ ਪਰਿਵਾਰ ਕੇ ਮੈਂਬਰਸ ਕੇ ਬਿਹੇਵੀਅਰ ਮੇਂ ਕਿਆ ਚੇਂਜ ਲਾਣਾ ਚਾਹਤੇ ਹੋ ਯਾ ਆਪ ਆਪਣੇ ਖੁਦ ਕੇ ਅੰਦਰ ਕਿਆ ਦੇਖਦੇ ਹੋ ਔਰ ਕਿਆ ਚੇਂਜ ਲਾਣਾ ਚਾਹਤੇ ਹੋ ਤੋ ਇਸ ਰਿਗਾਰਡਿੰਗ ਹਮਨੇ ਐਸੇ ਕੁਐਸਚਨਸ ਪੁੱਟ ਕੀਏ ਹੈ ਤੋ ਉਹ ਆਪਣਾ ਉਸਕਾ ਬਿਹੇਵੀਅਰ ਔਰ ਮਤਲਬ ਵਿਵਹਾਰ ਬਾਹਰ ਆਉਂਦਾ ਹੈ ਔਰ ਜੋ ਵੀ ਉਹਦੇ ਮਤਲਬ ਆਪਣੇ ਪਰਿਵਾਰ ਦੇ ਰਿਲੇਟਡ ਚੇਂਜਸ ਲੈ ਕੇ ਆਉਣੇ ਹੈ ਉਹ ਦੱਸਦੇ ਨੇ ਕਿ ਉਹਨਾਂ ਨੇ ਆਪਣਾ ਨੋਟ ਲਿਖ ਕੇ ਦਿੱਤੇ ਹੈ ਕਿ ਇੱਦਾਂ ਇੱਦਾਂ ਮੇਰੇ ਘਰ ਪਰਿਵਾਰ ਦੇ ਮੈਂਬਰਾਂ ਦੇ ਵਿੱਚ ਇਹ ਬਦਲਾਵ ਆਉਣੇ ਚਾਹੀਦੇ ਹੈ ਅਤੇ ਇੱਦਾਂ ਮੇਰੇ ਘਰ ਪਰਿਵਾਰ ਦੇ ਸਾਰੇ ਵਿੱਚ ਮਤਲਬ ਜੋ ਜੋ ਬਾਹਰੀ ਕੰਮ ਨੇ ਅੰਦਰਲੀ ਕੰਮ ਨੇ ਜੋ ਮੈਨੂੰ ਇਫੈਕਟ ਕਰਦੇ ਨੇ ਜਾਂ ਮੇਰੇ ਖੁਦ 'ਤੇ ਇਫੈਕਟ ਕਰਦੇ ਹੈ ਜਾਂ ਹੋਰਾਂ ਦੇ ਉੱਤੇ ਇਫੈਕਟ ਕਰਦੇ ਹੈ ਥੋਟਸ ਤਾਂ ਉਹਨਾਂ ਵਿੱਚ ਕੀ ਚੇਂਜ ਆਉਣਾ ਚਾਹੁੰਦਾ ਥੈਂਕ ਯੂ ਸੋ ਮੱਚ